ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਇਕ ਵਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਤੇ ਜਾ ਰਹੇ ਹੁੰਦੇ ਨੇ ਉਹਨਾਂ ਦੇ ਨਾਲ ਇੱਕ ਸਿੰਘ ਹੁੰਦੇ ਨੇ ਉਹਨਾਂ ਰਸਤੇ ਦੇ ਵਿੱਚੋਂ ਜਦੋਂ ਜਾ ਰਹੇ ਸਨ ਇੱਕ ਸੋਟੀ ਪਈ ਸੀ ਉਹਨਾਂ ਸੋਟੀ ਹੱਥ ਚ ਫੜ ਲਈ ਆਪਣੇ ਵਿੱਚੋਂ ਵੀ ਕਈ ਜਣਿਆਂ ਨੂੰ ਇਹ ਆਦਤ ਹੁੰਦੀ ਹੈ ਜਦੋਂ ਰਾਹ ਉੱਤੇ ਤੁਰਦੇ ਹੁੰਦੇ ਨੇ ਤਾਂ ਕੋਈ ਹੱਥ ਚ ਚੀਜ਼ ਫੜ ਕੇ ਇੱਧਰ ਉੱਧਰ ਜ਼ਰੂਰ ਘਮਾਉਂਦੇ ਨੇ ਖਾਲੀ ਹੱਥ ਕਦੀ ਨਹੀਂ ਰੈਂਦੇ ਇੰਨੇ ਨੂੰ ਉਹ ਸਿੰਘ ਅੱਗੇ-ਅੱਗੇ ਜਾ ਰਹੀ ਸੀ ਅੱਗੇ ਨਾ ਇੱਕ ਕੁੱਤਾ ਲੰਮੇ ਪਿਆ ਹੋਇਆ ਸੀ ਉਹਨਾਂ ਕੀ ਕੀਤਾ ਸਿੰਘ ਨੇ ਉਹ ਛੋਟੀ ਫਣੀ ਤੇ ਉਹਦੇ ਮਾਰ ਦਿੱਤੀ ਕੁੱਤਾ ਜਰਾ ਤਰਾਸ ਤਰਾਸ ਚੌਂ ਚੌਂ ਕਰਦਾ ਅੱਗੇ ਭੱਜ ਗਿਆ ਗੁਰਗੋਬਿੰਦ ਸਿੰਘ ਜੀ ਮਹਾਰਾਜ ਪਿੱਛੇ ਮੁੜ ਕੇ ਦੇਖਿਆ ਕਿਹਾ ਕੌਣ ਸੀ ਕਿੰਨੇ ਕੁੱਤੇ ਨੂੰ ਮਾਰਿਆ ਗੁਰਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਬੁੱਲੇ ਸ਼ਾਹ ਨੇ ਸੱਚੀ ਕਿ ਸਾਰੀ ਰਾਤ ਪਹਿਰਾ ਦਿੱਤਾ ਤੜਕੇ ਰੂੜੀ ਉੱਤੇ ਸੁੱਤਾ ਪਾਚਾ ਕਿੰਦੇ ਇਹ ਸਾਰੀ ਰਾਤ ਜਾਗਦਾ ਰਿਹਾ ਜਾ ਕੇ ਨੇ ਪਹਿਰਾ ਦਿੱਤਾ ਹੁਣੇ ਸੁੱਤਾ ਪਿਆ ਦਸੀ ਨੇ ਤੈਨੂੰ ਕੁਝ ਕਿਹਾ ਅਗੋ ਸਿੰਘ ਨੇ ਕਿਹਾ ਜੀ ਨਹੀਂ ਮੈਨੂੰ ਤਾਂ ਕੁਝ ਨਹੀਂ ਸਿੱਖਿਆ ਉਸ ਸਮੇਂ ਭਾਈ ਨੰਦ ਲਾਲ ਜੀ ਨੇ ਕਿਹਾ ਕਿ ਆਹ ਰਹਿਤ ਵਿੱਚ ਇਹ ਵੀ ਲਿਖ ਦੋ ਬਿਨਾਂ ਕਾਰਨ ਤੋਂ ਜਾਨਵਰਾਂ ਨੂੰ ਮਾਰਨਾ ਦੁੱਖ ਦੇਣਾ ਇਸ ਹੋਵੇਗਾ ਸੋਤਨਖਾਈ ਗੁਰਬਾਣੀ ਵਿੱਚ ਵੀ ਆਉਂਦਾ ਹੈ ਜਈ ਦਇਆ ਪਰਵਾਨ ਪਰ ਜਦੋਂ ਆਪਾਂ ਇਹਨਾਂ ਨੂੰ ਮਾਰਦੇ ਹਾਂ ਤੇ ਇਹਦੇ ਨਾਲ ਫਿਰ ਆਪਾਂ ਨੂੰ ਹੀ ਨੁਕਸਾਨ ਹੁੰਦਾ ਉਹ ਆਪਾਂ ਨੂੰ ਚੱਲਣਾ ਪੈਂਦਾ ਇੱਕ ਵਾਰ ਨਾ ਕਿਸੇ ਨਗਰ ਦੇ ਵਿੱਚ ਦੋ ਗਵਾਂਡੀ ਸਨ ਭਾਵ ਉਹਨਾਂ ਦੇ ਘਰ ਨਾਲ-ਨਾਲ ਸਤ ਉਹਨਾਂ ਦੋਹਾਂ ਦਾ ਵਿਆਹ ਹੋ ਗਿਆ ਜਦੋਂ ਵਿਆਹ ਹੋਇਆ ਤੇ ਦੋਹਾਂ ਦੀਆਂ ਪਤਨੀਆਂ ਆਈਆਂ ਘਰ ਇੱਕ ਬੜੀ ਸਮਝਦਾਰ ਤੇ ਸੂਝਮਾਨ ਸੀ ਇੱਕ ਬੜੀ ਛੇਤੀ ਹਰ ਇੱਕ ਗੱਲ ਤੇ ਕ੍ਰੋਧ ਕਰ ਲੈਂਦੀ ਸੀ ਇੱਕ ਦਿਨ ਦੋਵੇਂ ਜਣੀਆਂ ਪਾਣੀ ਭਰਨ ਲਈ ਖੂਤੇ ਗਈਆਂ ਜਦੋਂ ਖੂਤੇ ਗਿਆ ਤੇ ਬੁਹੇ ਦੇ ਬਾਰਨਾ ਦੋ ਕੁੱਤੇ ਸਨ ਇੱਕ ਲਾਲ ਰੰਗ ਦਾ ਇੱਕ ਕਾਲੇ ਰੰਗ ਦਾ ਜਿਹੜਾ ਲਾਲ ਰੰਗ ਦਾ ਕੁੱਤਾ ਸੀ ਨਾ ਜਿਹੜੀ ਵੱਡੀ ਸੀ ਭਾਵ ਜਿਹੜੀ ਸਿਆਣੀ ਤੇ ਸਮਝਦਾਰ ਸੀ ਉਹਨਾਂ ਦੇ ਘਰ ਉਹ ਕੁੱਤਾ ਚਲਾ ਗਿਆ ਉਹਨਾਂ ਦੇ ਦੁੱਧ ਵਾਲੇ ਭਾਂਡੇ 'ਚ ਮੂੰਹ ਪਾ ਦਿੱਤਾ ਉਦੋਂ ਜਿਹੜੀ ਛੋਟੀ ਸੀ ਉਹਨਾਂ ਦੇ ਘਰ ਕਾਲਾ ਕੁੱਤਾ ਚਲਾ ਗਿਆ ਉਹਨਾਂ ਦੀ ਬਾਲਟੀ ਦੇ ਵਿੱਚ ਉਹਨੇ ਮੂੰਹ ਪਾ ਦਿੱਤਾ ਦੋਵੇਂ ਜਣੇ ਦੁੱਧ ਪੀਣ ਲੱਗ ਗਏ ਹੁਣ ਇੰਨੇ ਨੂੰ ਉਹ ਪਾਣੀ ਭਰ ਕੇ ਸਿਰ ਤੇ ਘੜੇ ਲੈ ਕੇ ਤੇ ਘਰ ਵਾਪਸ ਆ ਗਿਆ ਜਦੋਂ ਘਰ ਵੱਡੀ ਆਈ ਉਹਨੇ ਦੇਖਿਆ ਵੀ ਕੁੱਤੇ ਨੇ ਬਾਲਟੀ ਦੇ ਵਿੱਚ ਮੂੰਹ ਪਾ ਕੇ ਤੇ ਦੁੱਧ ਪੀਂਦੇ ਕਿੰਦੀ ਹੁਣ ਦੁੱਧ ਤਾਂ ਸਾਰਾ ਇਹਨੇ ਝੂਠਾ ਕਰ ਹੀ ਦਿੱਤਾ ਮੇਰੇ ਤੇ ਕਿਸੇ ਕੰਮ ਨਹੀਂ ਮੈਂ ਵੀ ਬਾਹਰ ਜਾ ਕੇ ਡੋਲਾਂਗੀ ਇਸ ਤੋਂ ਚੰਗਾਈ ਪੀ ਲੈ ਉਹਨੇ ਕਿ ਅੱਗੇ ਤੋਂ ਧਿਆਨ ਰੱਖਾਂ ਕਰਾਂਗੀ ਹੁਣ ਉਹਨੇ ਉਹਨੂੰ ਸਾਰਾ ਦੁੱਧ ਪੀਂਦ ਦਿੱਤਾ ਜਦੋਂ ਪੀ ਕੇ ਉਹ ਲਾਲ ਕੁੱਤਾ ਬਾਹਰ ਚਲਾ ਗਿਆ ਉਨੇ ਬਾਲਟੀ ਫੜੀ ਸਵਾ ਲਈ ਉਹਨੂੰ ਚੰਗੀ ਤਰ੍ਹਾਂ ਕੋਚ ਮਾਂਜ ਕੇ ਤੇ ਜਾ ਕੇ ਚੌਂਕੇ ਉਤੇ ਮੁੱਦੀ ਮਾਰ ਦਿੱਤੀ ਉਦੋਂ ਉਹ ਜਦੋਂ ਛੋਟੀ ਆ ਕੇ ਦੇਖਦੀ ਏ ਤੇ ਦੇਖਦੀ ਕੁੱਤੇ ਨੇ ਵਿੱਚ ਮੂੰਹ ਪਾ ਦਿੱਤਾ ਉਥੇ ਨਾਲ ਹੀ ਇੱਕ ਸੋਟਾ ਪਿਆ ਹੁੰਦਾ ਏ ਉਹਨੇ ਸੋਟਾ ਫੜਿਆ ਤੇ ਉਹਦੇ ਮਾਰਨਾ ਸ਼ੁਰੂ ਕਰ ਦਿੱਤਾ ਉਹਨੇ ਨਾ ਆਪ ਦੇਖਿਆ ਤੇ ਨਾਤਾ ਮਾਰ ਮਾਰ ਕੇ ਉਹਦੇ ਜਿਹੜਾ ਲੱਕ ਸੀ ਨਾ ਉਹ ਹੀ ਟੁੱਟ ਗਿਆ ਉਹ ਪਿਛਲੇ ਹਿੱਸੇ ਨੂੰ ਤਰੀਕ ਦਾ ਤਰੀਕ ਦਾ ਜਿਹੜਾ ਕਾਲਾ ਕੁੱਤਾ ਸੀ ਤੇ ਘਰ ਤੋਂ ਬਾਹਰ ਚਲਾ ਗਿਆ ਹੁਣ ਜਿਹੜੇ ਦੋਵੇਂ ਲਾਲ ਤੇ ਕਾਲਾ ਕੁੱਤਾ ਸੀ ਬਾਹਰ ਜਾ ਕੇ ਆਪਸ ਚ ਇੱਕ ਦੂਜੇ ਨੂੰ ਮਿਲਦੇ ਨੇ ਰੁੱਖ ਥਲੇ ਜਿੱਥੋਂ ਪਹਿਲਾਂ ਇੱਕ ਦੂਜੇ ਦੇ ਘਰ ਵੜੇ ਸਨ ਉਹ ਲਾਲ ਕੁੱਤਾ ਕਹਿੰਦਾ ਵੀ ਤੈਨੂੰ ਕੀ ਹੋਇਆ ਕਹਿੰਦੇ ਵੀ ਮੈਂ ਉਹਦਾ ਦੁੱਧ ਪੀਤਾ ਤੇ ਦੁੱਧ ਦੇ ਬਦਲੇ ਉਹਨੇ ਮੈਨੂੰ ਮਾਰਿਆ ਕਹਿੰਦਾ ਇੱਡਾ ਵੀ ਕਿਹੜਾ ਕੀਮਤੀ ਦਿਲ ਸੀ ਜਿਹਦੇ ਬਦਲੇ ਤੇਰਾ ਲੱਕੀ ਤੋੜ ਦਿੱਤਾ ਕਹਿੰਦਾ ਮੈਂ ਉਹਨੇ ਮੇਰਾ ਲੱਕ ਤੋੜਿਆ ਨਾ ਮੈਂ ਪਰਮਾਤਮਾ 'ਗੇ ਅਰਦਾਸ ਕਰਦਾ ਕਿ ਮੈਨੂੰ ਉਹਦੇ ਘਰ ਜਨਮ ਮਿਲੇ ਤੇ ਮੈਂ ਫਿਰ ਉਹਦਾ ਲੱਕ ਤੋੜਾਂ ਇੰਨਾ ਕਹਿ ਕੇ ਤੇ ਉਹ ਚੁੱਪ ਹੋ ਗਿਆ ਹੁਣ ਦੂਸਰਾ ਕਹਿੰਦਾ ਵੀ ਮੈਂ ਪਰਮਾਤਮਾ 'ਗੇ ਅਰਦਾਸ ਕਰਦਾ ਜਿਨੇ ਮੈਨੂੰ ਦੁੱਧ ਪੀਣ ਦਿੱਤਾ ਉਹਦੇ ਘਰ ਹਰਮੇਸ਼ਾ ਹਰ ਚੀਜ਼ ਦਾ ਸੁੱਖ ਹੋਵੇ ਉਹਦਾ ਘਰ ਭਰਿਆ ਰਹੇ ਤੇ ਐਵੇਂ ਉਹ ਦਾਨਪੁਨ ਕਰਦੀ ਰਹੇ ਇਹ ਕਹਿ ਕੇ ਤੇ ਉਹ ਅੱਗੇ ਚਲੇ ਗਏ ਕੁਝ ਸਮਾਂ ਲੰਘਿਆ ਤੇ ਜਿਹੜੇ ਉਹ ਕੁੱਤੇ ਸਨ ਨਾ ਉਹ ਦੋਵੇਂ ਆਕਾਲ ਚਲਾਨੀ ਕਰਕੇ ਹੁਣ ਉਹਨਾਂ ਦੋਵਾਂ ਦਾ ਜਨਮ ਉਹਨਾਂ ਦੇ ਘਰ ਹੋਇਆ ਇੱਕ ਉਹਦੇ ਘਰ ਪੁੱਤ ਹੋਇਆ ਤੇ ਇੱਕ ਉਹਦੇ ਘਰ ਪੁੱਤ ਹੋਇਆ ਹੁੰ ਜਿਹੜੀ ਵੱਡੀ ਘਰ ਪੁੱਤ ਹੋਇਆ ਜਦੋਂ ਪੁੱਤ ਹੋਇਆ ਤੇ ਉਹਦੇ ਖੇਤ ਖលਿਆਣ ਬੜੇ ਸੋਹਣੇ ਉਹਦੀ ਫਸਲ ਹੋਈ ਹਰ ਪਾਸੇ ਲਹਿਰਾਂ ਬਹਿਰਾਂ ਹੋਈਆਂ ਘਰ ਵੀ ਹਰੇਕ ਸੰਪੰਨਤਾ ਹੋਰ ਵੱਧ ਗਈ ਜਿਹੜੀ ਦੂਸਰੀ ਸੀ ਉਹਦਾ ਜਦੋਂ ਪੁੱਤ ਹੋਇਆ ਨਾ ਤੇ ਉਹਨੂੰ ਉਦੋਂ ਹੀ ਕੋਈ ਨਾ ਕੋਈ ਉਹਨੂੰ ਬਿਮਾਰੀ ਲੱਗ ਗਈ ਉਹ ਪਾਪ ਮੰਜੇ ਦੇ ਨਾਲ ਹੀ ਬੰਨ ਕੇ ਰਹਿ ਗਿਆ ਹੌਲੀ ਹੌਲੀ ਜਿਵੇਂ ਵੱਡਾ ਹੁੰਦਾ ਗਿਆ ਉਹਦਾ ਪੁੱਤ ਤੇ ਸਿਆਣਾ ਸਮਰਤਾਰ ਤੇ ਸੂਝਵਾਨ ਹੁੰਦਾ ਗਿਆ ਪਰ ਜਿਹੜੀ ਦੂਸਰੀ ਸੀ ਉਹਦੇ ਪੁੱਤ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਉਵੇਂ ਉਵੇਂ ਉਹਨਾਂ ਦੇ ਘਰ ਰੋਗ ਸੋਗ ਤੇ ਉਵੇਂ ਆਉਂਦੇ ਰਹੇ ਹੁਣ ਇਹ ਸਭ ਤੋਂ ਬਣਾ ਜ਼ਿਆਦਾ ਪਰੇਸ਼ਾਨ ਹੋ ਗਈ ਅਰਦਾਸਾਂ ਕਰਦੀ ਪ੍ਰਮਾਤਮਾ ਮੈਂ ਐਸਾ ਕੀ ਗੁਨਾਹ ਕੀਤਾ ਹੈ ਵੀ ਤੂੰ ਮੈਨੂੰ ਐਵੇਂ ਦੀ ਔਲਾਦ ਦਿੱਤੀ ਹੌਲੀ ਹੌਲੀ ਜਿਵੇਂ ਜਿਵੇਂ ਵੱਡੇ ਹੁੰਦੇਗੇ ਉਹਨਾਂ ਨੂੰ ਆਪਣਾ ਪਿਛਲਾ ਜਨਮ ਚੰਗੀ ਤਰ੍ਹਾਂ ਯਾਦ ਸੀ ਇੱਕ ਦਿਨ ਜਦੋਂ ਦੋਵੇਂ ਉਹਦੇ ਜਵਾਬ ਇਕੱਠੇ ਹੁੰਦੇ ਨੇ ਤਾਂ ਉਹ ਕਹਿੰਦੇ ਕਹਿੰਦਾ ਜਿਹੜਾ ਬਿਮਾਰ ਇਹਦਾ ਸੀ ਕਹਿੰਦਾ ਹੁਣ ਕੁਝ ਸਮੇਂ ਬਾਅਦ ਮੈਂ ਅਕਾਲ ਚਲਾਨੇ ਕਰ ਜਾਵਾਂਗਾ ਉਹ ਕਹਿੰਦਾ ਕਹਿੰਦਾ ਵੀ ਤੂੰ ਕਹਿੰਦਾ ਜਿਵੇਂ ਇੰਨੇ ਮੇਰਾ ਲੱਕ ਤੋੜਿਆ ਸੀ ਨਾ ਮੈਂ ਵੀ ਹੁਣ ਇਹ ਬਜ਼ੁਰਗ ਹੋ ਗਿਆ ਤੇ ਦਾ ਲੱਕ ਤੋੜ ਜਾਵਾਂਗਾ ਕਿਉਂਕਿ ਉਹਦੇ ਪਿਓ ਪਹਿਲਾਂ ਹੀ ਅਕਾਲ ਚਲਾਨੇ ਕਰ ਗਿਆ ਸੀ ਉਹ ਕਹਿੰਦਾ ਵੀ ਤੇਰੀ ਮਾਂ ਬਜ਼ੁਰਗ ਹੋ ਗਈਏ ਤੇ ਤੂੰ ਐਵੇਂ ਨਾ ਕਰ ਕਿੰਦਾ ਜਦੋਂ ਇਨੇ ਮੇਰੇ ਸੋਟੀ ਮਾਰੀ ਇਨੇ ਮੇਰੇ ਡਾਂਗ ਮਾਰੀ ਸੀ ਤਾਂ ਮੇਰਾ ਲੱਕ ਤੋੜ ਦਿੱਤਾ ਸੀ ਹੁਣ ਬਿਰਦ ਅਵਸਥਾ 'ਚ ਮੈਂ ਚੱਲਾ ਜਾਵਾਂਗਾ ਤਾਂ ਇਹਦਾ ਲੱਕ ਟੁੱਟ ਜਾਵੇਗਾ ਬੜਾ ਸਮਝਾਇਆ ਦੂਜੇ ਦੇ ਪੁੱਤ ਨੇ ਪਰ ਕਿੰਦਾ ਨਹੀਂ ਕੁਝ ਸਮਾਂ ਲੰਘਿਆ ਤੇ ਉਹ ਆਕਾਲ ਚਲਾਨੇ ਕਰਕੇ ਹੁਣ ਉਹਦੀ ਜਿਹੜੀ ਮਾਂ ਸੀ ਉਹ ਵੈਣ ਪਾਉਂਦੀ ਰੋਂਦੀ ਕੁਲੌਂਦੀ ਕਹਿੰਦੀ ਪ੍ਰਮਾਤਮਾ ਮੈਂ ਐਸਾ ਕੀ ਗੁਨਾਹ ਕਰਤਾ ਜਿਸ ਕਾਰਨ ਤੂੰ ਮੈਨੂੰ ਐਡੀ ਵੱਡੀ ਸਜ਼ਾ ਦਿੱਤੀ ਘਰ ਵੀ ਗਰੀਬੀ ਪਾ ਗਿਆ ਤੇ ਪੁੱਤ ਵੀ ਲੈ ਗਿਆ ਜਦੋਂ ਐਵੇਂ ਕਰਦੀ ਪੀ ਸੀ ਦੇ ਦੂਸਰੇ ਦੇ ਪੁੱਤੋਂ ਦੇਖਿਆ ਨਾ ਗਿਆ ਉਹਦੇ ਘਰ ਗਿਆ ਕਿ ਆ ਮਾਈ ਕਹਿੰਦੇ ਉਹ ਰੋ ਰਹੀ ਸੀ ਕਹਿੰਦੀ ਵੀ ਮੈਂ ਕੀ ਗੁਨਾਹ ਕੀਤਾ ਤੇ ਕਹਿੰਦਾ ਮਾਤਾ ਇਹ ਉਹੀ ਸੀ ਇਹ ਉਹੀ ਕੁੱਤਾ ਸੀ ਜਿਸ ਦਾ ਤੂੰ ਲੱਕ ਤੋੜਿਆ ਸੀ ਤੇਨੇ ਤੇਰੇ ਘਰ ਜਨਮ ਲਿਆ ਤੂੰ ਉਹਦਾ ਲੱਕ ਉਦੋਂ ਤੋੜਿਆ ਤੇ ਉਹਨੂੰ ਦਰਦ-ਦਰ ਦੀ ਠੋਕਰਾਂ ਚੁੱਕਾ ਛੱਡ ਦਿੱਤਾ ਤੇ ਉਹਨੇ ਅੱਜ ਦਿਨੋਂ ਗਰੀਬੀ ਦੀ ਹਾਲਤ ਵਿੱਚ ਕਰ ਦਿੱਤਾ ਨਾਲੇ ਤੈਨੂੰ ਬਜ਼ੁਰਗ ਅਵਸਥਾ ਵਿੱਚ ਕੱਲਾ ਛੱਡ ਛੱਡ ਗਿਆ ਤੇ ਤੇਰਾ ਲੱਕ ਤੋੜ ਦਿੱਤਾ ਇਸ ਕਰਕੇ ਉਹ ਮਾਈ ਨੇ ਉੱਥੇ ਬੈਠੀ ਨੇ ਅੱਖਾਂ ਬੰਦ ਕਰਕੇ ਉਹ ਕੁੱਤੇ ਤੋਂ ਮਾਫੀ ਮੰਗੀ ਕਿ ਜੋ ਗਲਤੀ ਹੋ ਗਈ ਉਸ ਲਈ ਮੈਨੂੰ ਮਾਫ ਕਰ ਦੇ ਅੱਗੇ ਤੋਂ ਐਵੇਂ ਕਦੀ ਨਹੀਂ ਹੋਵੇਗਾ ਇਸ ਲਈ ਫਿਰ ਉਹਨਾਂ ਦੇ ਘਰ ਜਿਹੜਾ ਵੀ ਕੁੱਤਾ ਆਉਂਦਾ ਉਹਨੂੰ ਰੋਟੀ ਪ੍ਰਸ਼ਾਦਾ ਜ਼ਰੂਰ ਪਾਉਂਦੀ ਤੇ ਕਦੀ ਵੀ ਕਿਸੇ ਨੂੰ ਬੇਵਜਾ ਨਾ ਮਾਰਦੀ ਇਸ ਲਈ ਕਹਾਂ ਜਾਂਦਾ ਹੈ ਵੀ ਆਪਣੀ ਆਦਤ ਹੁੰਦੀ ਹੈ ਸੜਕ ਤੋਂ ਰੋੜੇ ਵੱਟੇ ਚੋਕਲੇ ਜਾਂ ਫਿਰ ਕੋਈ ਛੋਟੀ ਚੋਕਲੀ ਕੋਈ ਦਿਸਿਆ ਤੇ ਉਹਦੇ ਮਾਰ ਦਿੱਤੀ ਇਹ ਕਦੀ ਵੀ ਨਾ ਕਰੋ ਆਪਣੇ ਲਈ ਉਹ ਚੀਜ਼ ਸਿਰਫ ਕੁਝ ਛਣਾਂ ਦੀ ਹੋ ਸਕਦੀ ਹੈ ਆਪਣੇ ਹੱਥ ਖਲਾਉਂਦੇ ਨਹੀਂ ਤਾਂ ਆਪਾਂ ਕੀਤਾ ਪਰ ਉਹਦੀ ਜਿਹੜੀ ਸਜ਼ਾ ਹੈ ਨਾ ਉਹ ਇੰਨੀ ਵੱਡੀ ਹੁੰਦੀ ਹੈ ਕਿ ਫਿਰ ਆਪਾਂ ਰੋਂਦੇ ਕਰ ਲਾਉਂਦੇ ਆ ਤੇ ਕਹਿੰਦੇ ਆ ਪ੍ਰਮਾਤਮਾ ਇਹ ਦੁੱਖ ਕਿਉਂ ਦਿੱਤਾ ਇਹ ਦੁੱਖ ਆਪਣੇ ਕਰਮਾਂ ਦੇ ਹੀ ਹੁੰਦੇ ਨੇ ਜੋ ਆਪਾਂ ਕਿਤੇ ਨਾ ਕਿਤੇ ਪਹਿਲਾਂ ਗਲਤੀਆਂ ਕੀਤੀਆਂ ਹੁੰਦੀਆਂ ਨੇ ਇਸ ਕਰਕੇ ਕੀਆ ਜਾਂਦਾ ਹੈ ਕੋਈ ਕੰਮ ਵੀ ਕਰਨ ਤੋਂ ਪਹਿਲਾਂ 100 ਵਾਰ ਸੋਚੋ ਜਿਵੇਂ ਮਖ ਨੂੰ ਕਿਹਾ ਜਾਂਦਾ ਹੈ ਵੀ ਤੂੰ ਜਿੰਨਾ ਚੁੱਪ ਰਹਵੇਂਗਾ ਉਨਾ ਸੁਖੀ ਰਹਵੇਂਗਾ ਇੱਕ ਚੁੱਪ ਤੇ ਸੋਚ ਹੱਥਾਂ ਨੂੰ ਵੀ ਕਹਿਆ ਕਰੋ ਵੀ ਬੇਵਜ੍ਹਾ ਇੱਧਰ ਉੱਧਰ ਨਾ ਜਾਣ ਕਰ ਇੱਕ ਸੋਟੀ ਮਾਰੀ ਦਾ ਇੰਨਾ ਜ਼ਿਆਦਾ ਜੋ ਹੈ ਪਾਪ ਹੈ ਤੇ ਆਪਾਂ ਬੇਵਜ੍ਹਾ ਹੀ ਕਦੇ ਕਿਸੇ ਨੂੰ ਲੱਤ ਮਾਰ ਦਿੰਦੇ ਆ ਕਦੀ ਕਿਸੇ ਦੇ ਐਵੇਂ ਹੀ ਮਾਰ ਦਿੱਤਾ ਆਪਾਂ ਦੇ ਘਰ ਕਈ ਵਾਰ ਪਸ਼ੂ ਦੁੱਧ ਨਹੀਂ ਦਿੰਦੇ ਤੇ ਉਹਨਾਂ ਨੂੰ ਵੀ ਜੋੜ ਪਾ ਕੇ ਤੇ ਉਹਨਾਂ ਨੂੰ ਵੀ ਮਾਰਨਾ ਸ਼ੁਰੂ ਕਰ ਦਿੰਦੇ ਆ ਸੋਚੋ ਜੇ ਇੱਕ ਸੋਟੀ ਮਾਰਨ ਦਾ ਐਡਾ ਵੱਡਾ ਆਪਾਂ ਨੂੰ ਦੁੱਖ ਆ ਤੇ ਆਪਾਂ ਜਿਹੜਾ ਉਹਨਾਂ ਨੂੰ ਕੁੱਟਦੇ ਆ ਉਹਦਾ ਕਿੰਨਾ ਵੱਡਾ ਦੁੱਖ ਆ ਗੁਰਬਾਣੀ ਵਿੱਚ ਵੀ ਕਿਹਾ ਗਿਆ ਨਾ ਜੀ ਦਇਆ ਪਰਮਾਨ ਵੀ ਜੋ ਜਾਨਵਰਾਂ ਤੇ ਜੀਆਂ ਤੇ ਦਇਆ ਕਰਦਾ ਹੈ ਨਾ ਉਹੀ ਪਰਮਾਨ ਜੋ ਡੰਡੇ ਛੋਟੇ ਚੁੱਕ-ਚੁੱਕ ਇਹਨਾਂ ਨੂੰ ਮਾਰਦਾ ਉਹ ਕਦੀ ਵੀ ਪਰਮਾਨ ਨਹੀਂ ਹੋ ਸਕਦਾ ਫਿਰ ਉਹਦੇ ਹਿਰਦੇ ਤੇ ਉਹਦੇ ਸਰੀਰ ਨੂੰ ਆਪ ਹੀ ਦੁੱਖ ਲੱਗਦੇ ਨੇ ਤੇ ਜਿਹੜੇ ਦੁੱਖ ਹੁੰਦੇ ਨੇ ਨਾ ਇਹ ਬਹੁਤ ਔਖੇ ਵੀ ਲੈਂਦੇ ਨੇ ਇਸ ਕਰਕੇ ਜੇ ਹੋ ਸਕੇ ਤੁਸੀਂ ਹੋ ਸਕਦਾ ਹੈ ਵੀ ਤੁਸੀਂ ਜੇ ਰੋਟੀ ਪਾ ਸਕਦੇ ਹੋ ਤਾਂ ਜਰੂਰ ਪਾਓ ਦਾਨ ਪੁੰਨ ਜਰੂਰ ਕਰੋ ਉਹਨਾਂ ਨੂੰ ਭੁੱਖਾ ਢਿੱਡ ਜਰੂਰ ਪਰੋ ਪਰ ਜੇ ਨਹੀਂ ਪਾ ਸਕਦੇ ਨਾ ਪਰ ਉਹਨਾਂ ਨੂੰ ਮਾੜਾ ਵੀ ਨਾ ਬੋਲੋ ਤੇ ਸੋਟੀ ਵੀ ਨਾ ਮਾਰੋ ਕਿਉਂਕਿ ਐਵੇਂ ਕਰਨ ਦੇ ਨਾਲ ਆਪਾਂ ਆਪਣੇ ਖਾਤੇ ਵਿੱਚ ਉਹ ਗੁਨਾਹ ਉਹ ਪਾਪ ਇਕੱਠੇ ਕਰ ਲੈਨੇ ਆ ਜਿਸ ਦਾ ਕੋਈ ਵੀ ਤੋਣ ਨਹੀਂ ਹੈਗਾ ਜਿਸ ਤਸਿਰ ਤੇ ਸਿਰਫ 7 ਉਹ ਕਰਜ ਚੜ ਜਾਂਦਾ ਹੈ ਜੋ ਇਸ ਜਨਮ ਤੇ ਅਗਲੇ ਜਨਮ ਵੀ ਜਾ ਕੇ ਆਪਾਂ ਨਹੀਂ ਲਾ ਸਕਦੇ ਜਿਸ ਦੇ ਨਾਲ ਸਿਰਫ ਤੇ ਸਿਰਫ ਦੁੱਖ ਝੋਲੀ ਪੈ ਜਾਂਦੇ ਨੇ ਇਸ ਕਰਕੇ ਜੇ ਇੱਕ ਰੋਟੀ ਪਾ ਸਕਦੇ ਹੋ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਪਾਓ ਪਰ ਉਹਨਾਂ ਨੂੰ ਮਾਰੋ ਨਾ